ਸੋਹਣੀਆਂ ਸਮਾਪਤਾਂ ਰੱਖਣ ਵਾਲੇ ਸਾਰੇ ਮਿੱਤਰਾਂ ਵੀਰਾਂ ਭਰਾਵਾਂ ਨੂੰ ਮੇਰੀ ਤਰਫੋਂ ਸਤਿ ਸ਼੍ਰੀ ਅਕਾਲ ਅਤੇ ਨਮਸਤੇ ਅਤੇ ਅਸਲਾਮੁ ਅਲੈਕੁਮ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਸੁੱਚੀਆਂ ਗੱਲਾਂ ਅਤੇ ਮੈਂ ਤੁਹਾਡਾ ਮੇਜ਼ਬਾਨ ਸਰਦਾਰ ਹੈਦਰ ਅਲੀ। ਮਿੱਤਰੋ, ਸੱਜਣੋ, ਵੀਰੋ ਅਤੇ ਭਰਾਓ, ਅੱਜ ਅਸੀਂ ਗੱਲ ਕਰਾਂਗੇ, ਕਿਉਂਕਿ ਹਮੇਸ਼ਾ ਹੀ ਅਸੀਂ ਪੰਜਾਬ ਦੇ ਲੋਕ ਵਿਰਸੇ 'ਤੇ ਗੱਲ ਕੀਤੀ ਹੈ ਅਤੇ ਅੱਜ ਦਾ ਸਾਡੀ ਜਿਸ ਗੱਲ 'ਤੇ ਅਸੀਂ ਪ੍ਰਚਾਰ ਕਰਨਾ ਹੈ, ਜਿਹਦੇ 'ਤੇ ਅਸੀਂ ਰੋਸ਼ਨੀ ਪਾਉਣੀ ਹੈ, ਉਹ ਕੁਝ ਇੰਝ ਹੈ ਕਿ ਜ਼ਰੂਰਤ ਬਰਾਏ ਰਿਸ਼ਤਾ। ਕਿ ਹਰ ਮਾਂ ਪਿਓ, ਮਾਪੇ ਸਾਰਿਆਂ ਦੀ ਚੰਗਾ ਸੋਚਦੇ ਨੇ ਅਤੇ ਜਿਹੜੇ ਮਾਪੇ ਨੇ ਉਹ ਕੁੜੀਆਂ 'ਚ ਭਾਲਦੇ ਕੀ ਨੇ। ਮਾਪੇ ਆਉਂਦੇ ਨੇ, ਉੱਚਾ ਲੰਬਾ ਕੱਦ ਹੋਵੇ, ਸੋਹਣੀ ਅਤੇ ਜਵਾਨ ਹੋਵੇ, ਲੰਮੇ ਲੰਮੇ ਵਾਲ ਹੋਣ, ਬੁੱਲੀਆਂ ਵੀ ਲਾਲ ਹੋਣ, ਗੋਰਾ ਚਿੱਟਾ ਰੰਗ ਹੋਵੇ, ਕਿਸੇ ਦੀ ਨਾ ਮੰਗ ਹੋਵੇ, ਲੱਗੀ ਉਸਤਾਨੀ ਹੋਵੇ, ਸੁੱਘੜ ਜ਼ਨਾਨੀ ਹੋਵੇ, ਹੋਵੇ ਉੱਚਾ ਖਾਨਦਾਨ, ਚੰਗਾ ਹੋਵੇ ਪਾਨ ਲਾਨ, ਹੋਵੇ ਉੱਚਾ ਖਾਨਦਾਨ, ਚੰਗਾ ਹੋਵੇ ਪਾਨ ਲਾਨ, ਹਾਂਡੀ ਰੋਟੀ ਕਰੇ ਜਿਹੜੀ, ਕੰਮ ਤੋਂ ਨਾ ਡਰੇ ਜਿਹੜੀ, ਜਿਹੜੀ ਸਾਨੂੰ ਫੱਬ ਜਾਵੇ, ਇੰਝ ਦੀ ਕੋਈ ਮੁੰਡੇ ਲਈ ਕੁੜੀ ਸਾਨੂੰ ਲੱਭ ਜਾਵੇ। ਐਲ ਐਫ ਆਰ ਫੋਟੋ ਉਹਦੀ, ਹੀਰੋ ਲੱਗ ਰਿਹਾ ਏ, ਮੁੰਡਾ ਸਾਡਾ ਸੌਦੀ ਆ, ਕਮਾਈ ਕਰਨ ਗਿਆ ਏ, ਐਫ ਏ ਵਿੱਚੋਂ ਫੇਲ ਏ ਅਤੇ ਦਸਵੀਂ ਉਹ ਪਾਸ ਏ, ਇੰਝ ਹਰ ਕਾਰੋਬਾਰ ਉਹਨੂੰ ਆਉਂਦਾ ਰਾਸ ਏ, ਤਿੱਖੇ ਨੈਣ ਨਕਸ਼ ਨੇ ਤੇ, ਤਿੱਖੇ ਨੈਣ ਨਕਸ਼ ਨੇ ਤੇ, ਰੰਗ ਜ਼ਰਾ ਕਾਲਾ ਏ, ਗੱਡੀ ਛੱਡੀ ਕੋਲ ਏ ਅਤੇ ਪੈਸੇ ਧੇਲੇ ਵਾਲਾ ਏ, ਮੂੰਹ ਵਿੱਚੋਂ ਚੋਰੀ ਚੋਰੀ ਦਾਲ ਆ ਜਾਂਦੇ ਨੇ, ਜਦੋਂ ਹੱਸੇ ਦੰਦ ਥੋੜ੍ਹੇ ਬਾਹਰ ਆ ਜਾਂਦੇ ਨੇ, 35 ਸਾਲ ਉਹਦੀ ਉਮਰ ਹੋ ਗਈ ਏ, ਪਿੰਡੋਂ ਬਾਹਰ ਬਾਹਰ ਉਹਨੇ ਕੋਠੀ ਮੁੱਲ ਲਈ ਏ, ਹੱਥ ਨਹੀਂ ਲਾਇਆ ਉਹਨੇ ਕਦੀ ਨਸਵਾਰ ਨੂੰ, ਸਿਗਟਾ ਪਿਆਲ ਦਾ ਏ ਹਰ ਇੱਕ ਯਾਰ ਨੂੰ, ਐਬ ਸ਼ੈਬ ਉਹਦੇ ਵਿੱਚ ਲੱਭੇਗਾ ਨਾ ਕੋਈ ਵੀ, ਗਲੀ ਵਿੱਚੋਂ ਪੁੱਛੋ ਭਾਵੇਂ ਦੱਸੇਗਾ ਨਾ ਕੋਈ ਵੀ, ਦਾਜ ਅਤੇ ਜਹੇਜ਼ ਸਾਨੂੰ ਉੱਕਾ ਨਹੀਂ ਚਾਹੀਦਾ, ਮਾਪਿਆਂ ਦੇ ਉੱਤੇ ਇੰਝ ਬਹਿਣ ਵੀ ਨਹੀਂ ਲਾਈਦਾ, ਵੇਖ ਲਵੀਂ ਭਲਾ ਕਿੰਨੀ ਉਹਨਾਂ ਦੀ ਜ਼ਮੀਨ ਏ, ਇੰਝ ਤਾਂ ਮੁੰਡਾ ਸਾਡਾ ਨਵੀਂ ਗੱਡੀ ਦਾ ਸ਼ੌਕੀਨ ਏ, ਐਲਾ ਫੜ 500 ਇਮਾਮਦੀਨ ਪਿਆਰਿਆ, ਬੱਕਰਾ ਵੀ ਦੇਵਾਂਗੇ ਜੇ ਮੁੰਡਾ ਘੋੜੀ ਚਾੜਿਆ, ਗੱਲਾਂ ਸੁਣ ਉੱਠ ਕੇ ਖਲੋ ਗਿਆ ਇਮਾਮਦੀਨ, ਬਾਹਰ ਜਾ ਕੇ ਕੰਧ ਓਲੇ ਹੋ ਗਿਆ ਇਮਾਮਦੀਨ, ਪਹਿਲੇ ਉਹਨੇ 500 ਦੇ ਨੋਟ ਨੂੰ ਸੀ ਫਾੜਿਆ, ਫੇਰ ਫੋਟੋ ਮੁੰਡੇ ਦੀ ਨੂੰ ਪੈਰਾਂ ਵਿੱਚ ਲਤਾੜਿਆ, ਹੌਲੀ ਹੌਲੀ ਬੋਲਦਾ ਉਹ ਟੁਰ ਪਿਆ ਅੱਗੇ ਨੂੰ, ਕੁੜੀ ਕਿਹੜਾ ਦੇਵੇਗਾ ਜੀ ਇਹੋ ਜਿਹੇ ਢੱਗੇ ਨੂੰ, ਤੋਬਾ ਤੋਬਾ ਲਾਲਚਾਂ ਦੀ ਹੱਦ ਹੋ ਗਈ ਏ, ਤੋਬਾ ਤੋਬਾ ਲਾਲਚਾਂ ਦੀ ਹੱਦ ਹੋ ਗਈ ਏ, ਗਿਣਤੀ ਕਮੀਨਿਆਂ ਦੀ ਵੱਧ ਹੋ ਗਈ ਏ, ਨੌਵਾਂ ਲਈ ਰੱਖਦੇ ਨੇ ਕਿੰਝ ਦਾ ਵਿਚਾਰ ਏ, ਨੌਵਾਂ ਲਈ ਰੱਖਦੇ ਨੇ ਕਿੰਝ ਦਾ ਵਿਚਾਰ ਏ, ਸ਼ਾਦੀ ਨਹੀਂ ਰੱਬਾ ਇਹ ਤੇ ਨਿਰਾ ਕਾਰੋਬਾਰ ਏ, ਇਹ ਤੇ ਨਿਰਾ ਕਾਰੋਬਾਰ ਏ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਸੁੱਚੀਆਂ ਗੱਲਾਂ ਅਤੇ ਮੈਂ ਤੁਹਾਡਾ ਮੇਜ਼ਬਾਨ ਸਰਦਾਰ ਹੈਦਰ ਅਲੀ, ਅਤੇ ਇਹਦੇ ਨਾਲ ਹੀ ਪ੍ਰੋਗਰਾਮ ਦਾ ਵਕਤ ਖਤਮ ਹੁੰਦਾ ਹੈ। ਕੱਲ੍ਹ ਕਿਸੇ ਨਵੀਂ ਗੱਲ ਦਾ ਪ੍ਰਚਾਰ ਕਰਾਂਗੇ। ਆਪਣਾ ਅਤੇ ਆਪਣਿਆਂ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾ ਨਿਗਹਿਬਾਨ।